जलंधर के गांव नूरपुर के पास गोली लगने से एक व्यक्ति गंभीर घायल हो गया, जिन्हें परिजनों ने निजी अस्पताल में दाखिल करवाया, जहां उसकी हालत गंभीर बताई जा रही है। इस पर घायल के परिजन का कहना है कि साढ़े बारह बजे वो डॉक्टर आया तो हूँ कह रहे हैं कि इन्हों DMC या PGI ला जाओ। असी उम्मीद करते हैं कि एड्डा वड्डा हॉस्पिटल है ये साढ़े एरिए कैपिटल हॉस्पिटल उदा तो अपन इतनी मशहूरी और ऐडा देंगे कि सुपर स्पैशलिस्ट हॉस्पिटल आ इतने हर तरह का इलाज आ। इस वे इन्हें कोई एक दुखी का जवाब नहीं है कि अभी इलाज करो तड़फदी आ कि मेरा पति बेहोश पिया वा ਇਹ ਕਹਿੰਦੇ ਕਿ ਸਾਡਾ ਟ੍ਰੀਟਮੈਂਟ ਚੱਲ ਰਿਹਾ। ਅਸੀਂ ਵਟਸਐਪ 'ਤੇ ਫੋਟੋਆਂ ਭੇਜੀਆਂ, ਡਾਕਟਰ ਸਾਹਿਬ ਆ ਰਹੇ ਆ। ਪਹਿਲੀ ਗੱਲ ਤਾਂ ਵਟਸਐਪ 'ਤੇ ਉਹ ਫੋਟੋਆਂ ਸੈਂਡ ਹੋਈਆਂ ਵਾ, ਉਹ ਕੀ ਟ੍ਰੀਟਮੈਂਟ ਕਰੂਗਾ ਜੇ ਉਹ 12 ਵਜੇ ਆਇਆ ਵਾ ਅਤੇ ਉਹਨੂੰ ਬੌਸਾਂ ਦੀ ਤਰ੍ਹਾਂ ਇੱਥੇ ਜਿਹੜੇ ਇਹਨਾਂ ਨੇ ਰੱਖੇ ਆਪਣੇ ਕੀ ਉਹ ਆਪਾਂ ਕਹਿੰਦੇ ਆ ਬੌਕਸਰ ਉਹ ਲੈ ਕੇ ਆਏ ਆ ਅੰਦਰ ਲਿਜਾ ਕੇ, ਉਹ ਇੱਦਾਂ ਆਇਆ ਜਿੱਦਾਂ ਬੜਾ ਬੌਸ ਹੁੰਦਾ। ਹੁਣ ਉਹ ਕਹਿੰਦਾ ਜੀ ਬਸ ਠੀਕ ਹੈ ਜੀ। ਖੈਰਾ ਜੀ ਮਾਮਲਾ ਕੀ ਹੈ, ਗੋਲੀ ਕਿੱਥੇ ਚੱਲੀ ਹੈ, ਕਿਹਨੂੰ ਵੱਜੀ ਹੈ? ਗੋਲੀ ਨੰਗਲ ਸਲੀਮਪੁਰ ਚੱਲੀ ਹੈ ਜੀ। ਉਹ ਸੀਮਟ ਦਾ ਵਪਾਰੀ ਹੈ ਬੰਦਾ, ਉਹਦੇ ਕੋਲ ਕੈਸ਼ ਹੋ ਸਕਦਾ, ਕੁਛ ਵੀ ਹੋ ਸਕਦਾ। ਹੋ ਸਕਦਾ ਕੋਈ ਲੁੱਟਣ ਦੇ ਮਾਮਲੇ 'ਚ ਚੱਲੀ ਹੋਵੇ, ਹੋ ਸਕਦਾ ਉਹ ਗੋਲੀ ਜਿਹੜੀ ਆ ਕਿ ਰੰਜਿਸ਼ ਨਾਲ ਚੱਲੀ ਹੋਵੇ। ਪਰ ਇਹ ਸਭ ਤੋਂ ਇਸ ਵੇਲੇ ਜਿਹੜੀ ਆ ਸਭ ਤੋਂ ਜ਼ਿਆਦਾ ਜਿਹੜੀ ਆ ਘਟੀਆ ਗੱਲ ਕੀਤੀ ਆ ਇਹ ਕੈਪੀਟਲ ਹੋਸਪਿਟਲ ਵਾਲੇ। ਸਰ ਨਾਮ ਕੀ ਹੈ, ਗੋਲੀ ਲੱਗਣ ਵਾਲੇ ਦਾ ਨਾਮ ਕੀ ਹੈ? ਜਿਹਨਾਂ ਦੇ ਗੋਲੀ ਵੱਜੀ ਕੀ ਨਾਮ ਉਹਨਾਂ ਦਾ? ਉਹ ਬਾਜਵਾ ਸਾਹਿਬ ਹੈ ਜੀ। ਰਹਿੰਦੇ ਕਿੱਥੇ ਨੇ ਉਹ? ਇਹ ਰਹਿੰਦੇ ਆਪਣੇ ਨੰਗਲ ਸਲੀਮਪੁਰ ਹੀ ਰਹਿੰਦੇ। ਤੇ ਦੁਕਾਨ ਦੇ ਬਾਰੇ ਗੋਲੀ ਕਾਂਡ? ਹਾਂ, ਦੁਕਾਨ ਦੇ ਬਾਹਰ ਗੋਲੀ ਚੱਲੀ ਹੈ ਜੀ। ਕੋਈ ਸੀਗਾ ਉੱਥੇ ਇਹਨਾਂ ਦੇ ਨਾਲ ਜਾਂ ਇਕੱਲੇ ਸੀਗੇ ਉਸ ਟਾਈਮ? ਇਹ ਹੁਣਗੇ ਇਹਨਾਂ ਦਾ ਕੋਈ ਇਦਾਂ ਇੱਕ ਦਾ ਨੌਕਰ ਹੋਏਗਾ ਜੀ, ਉਹ ਗੋਲੀ ਦੇਖ ਕੇ ਦੌੜ ਗਿਆ। ਕਿੰਨੇ ਕੁ ਬੰਦੇ ਸੀ ਜਿਨ੍ਹਾਂ ਵੱਲ ਗੋਲੀ ਚਲਾਈ ਗਈ ਹੈ, ਕੁਝ ਪਤਾ ਲੱਗਿਆ ਉਹਨਾਂ ਨੂੰ? 3 ਜਣੇ ਸੀ ਜੀ ਕਿੰਦੇਦਾਰ। ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਹਸਪੀਟਲ ਸਟਾਫ ਵੱਲੋਂ ਤੁਹਾਡੇ ਨਾਲ ਵੀ ਬਦਤਮੀਜੀ ਕੀਤੀ ਗਈ, ਇਲਾਜ ਨਹੀਂ ਕੀਤਾ ਗਿਆ, ਇਸ ਕਰਕੇ ਪੁਲਿਸ ਡਿਪਾਰਟਮੈਂਟ ਵੀ ਸਾਹਮਣੇ ਸੀਗਾ, ਉਹਨਾਂ ਨੇ ਤੁਹਾਡੀ ਕੀ ਮਦਦ ਕੀਤੀ? ਬਦਤਮੀਜੀ ਤਾਂ ਇਹ ਹਸਪੀਟਲ ਵਾਲੇ ਇਦਾਂ ਨਹੀਂ ਕਰਦੇ ਆ ਕਿ ਐਵੇਂ ਹੀ ਇਲਜ਼ਾਮ ਲਾ ਰਹੇ ਆ ਕਿ ਤੁਸੀਂ ਜੀ ਇੱਥੇ ਬੋਲਦੇ ਬਹੁਤ ਜ਼ਿਆਦਾ ਆ। ਬੋਲਣਾ ਕੀ ਆ ਜਦੋਂ ਤੁਸੀਂ ਇਲਾਜ ਨਹੀਂ ਕਰੋਗੇ? ਤੁਹਾਡੇ ਕੋਲ ਡਾਕਟਰ ਹੀ ਹੈ ਨਹੀਂ ਗਾ, ਇੱਕ ਛੋਟੀ ਛੋਟੀ ਜਿਹੀ 2 ਬੱਚੀਆਂ ਆ, 2 ਆ, ਉਹ ਐਵੇਂ ਫੜ ਕੇ ਜੀ ਚੱਲ ਰਹੀ ਹੈ ਜੀ, ਨਬਜ਼ ਚੱਲ ਰਹੀ ਹੈ, ਇਹਦਾ ਕੀ ਮਤਲਬ ਹੋਇਆ? ਪਰ ਮੌਕੇ ਤੇ ਪੁਲਿਸ ਦੇ ਆਲਾ ਅਧਿਕਾਰੀ ਆਏ ਆ ਕਿ ਉਹਨਾਂ ਨੇ ਪੁਸ਼ਟੀ ਕੀਤੀ ਹੈਗੀ ਕਿ ਗੋਲੀ ਲੱਗੀ ਹੈਗੀ? ਬਿਲਕੁਲ ਕੀਤੀ ਹੈ ਜੀ ਉਹਨਾਂ ਨੇ। ਉਹਨਾਂ ਨੇ ਕਿਹਾ ਆ ਕਿ ਇਹਨਾਂ ਦੇ ਕੋਲ ਹੁਣ ਇਲਾਜ ਨਹੀਂ ਹੈਗਾ, ਡਾਕਟਰ ਸਾਹਿਬ ਨੇ ਸਾਨੂੰ ਦੱਸਿਆ, ਤਾਂ ਕਿ ਪਬਲਿਕ ਇਕੱਠੀ ਹੋਈ ਆ ਭੜਕੇ ਨਾ। ਕਿੰਨੀ ਗੋਲੀਆਂ ਵੱਜੀਆਂ ਔਰ ਕਿੱਥੇ ਵੱਜੀ ਗੋਲੀ? ਇੱਕੋ ਗੋਲੀ ਲੱਗੀ ਹੈ ਜੀ ਉਹਦੇ, ਉਹ ਵੀ ਉਹ ਮੇਰਾ ਖਿਆਲ 12 ਗੋਰ ਦੀ ਲੱਗੀ, ਉਹਦੇ ਛਰੇ ਛੁਰੇ ਅੰਦਰ ਫਸੇ ਉਹਨਾਂ ਦੇ। ਸਾਨੂੰ 112 ਦੀ ਕੰਪਲੇਂਟ ਮਿਲੀ, ਸਾਨੂੰ ਲੋਕਲ ਮੈਂਟਲ ਕੰਪਲੇਂਟ ਸਾਨੂੰ ਫੋਨ ਆਇਆ ਕਿ ਜਿਹੜੇ ਹੈਗੇ ਨੇ ਤਜਿੰਦਰਪਾਲ ਸਿੰਘ ਬਾਜਵਾ, ਇਹਨਾਂ ਦੀ ਜਿਹੜਾ ਕਾਫੀ ਬਲੱਡ ਵਗ ਰਿਹਾ ਅਤੇ ਇਹਨਾਂ ਦੀ ਝਗੜਾ ਹੋਇਆ, ਤੁਸੀਂ ਆਓ। ਪੂਰਾ ਜਿਹੜਾ ਸਾਡੀ ਟੀਮ ਕਿੱਥੇ ਪਹੁੰਚੀ ਅਤੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੈਪੀਟਲ ਹੋਸਪਿਟਲ 'ਚ ਐਡਮਿਸ਼ਨ ਹੈ। ਇੱਥੇ ਹੁਣ ਡਾਕਟਰਾਂ ਤੋਂ ਕਲੀਅਰ ਹੋਇਆ ਕਿ ਇਹ ਗਨਸ਼ੋਟ ਹੋਈ ਹੈ, ਅਤੇ ਕਿਉਂਕਿ ਇਹਨਾਂ ਕੋਲ ਪ੍ਰੋਪਰ ਜਿਹੜੇ ਹੈਗੇ ਆ ਇੰਸਟਰੂਮੈਂਟ ਜਾਂ ਟੈਕਨੀਕ ਨਹੀਂ ਹੈਗੀ, ਇਸ ਕਰਕੇ ਉਹ ਪੇਸ਼ੈਂਟ ਨੂੰ ਜਿਹੜਾ DMC ਜਿਹੜਾ ਰੈਫਰ ਕਰਤਾ ਆ। ਵੈਸੇ ਪੇਸ਼ੈਂਟ ਜਿਹੜਾ ਬਿਲਕੁਲ ਨੋਰਮਲ ਆ, ਉਹਦਾ BP ਸਾਰਾ ਕੁਛ ਨੋਰਮਲ ਆ, ਉਹ ਖਤਰੇ 'ਚ ਨਹੀਂ ਹੈਗਾ। ਸੁਪਾਲ ਜੀ ਕਿੰਨੇ ਵਜੇ ਦੀ ਗੱਲ ਹੈਗੀ? ਇਹ 9:30 ਦੇ ਵਿੱਚ ਦੀ ਗੱਲ ਆ। ਇੱਥੇ ਪਰਿਵਾਰ ਵੱਲੋਂ ਵੀ ਕੁਛ ਹੰਗਾਮਾ ਕੀਤਾ ਗਿਆ ਕਿ ਜਿਹੜੇ ਟ੍ਰੀਟਮੈਂਟ ਦੇ ਵਿੱਚ ਕਾਫੀ ਦੇਰੀ ਕੀਤੀ ਗਈ, ਉਹਦਾ ਕੀ ਕਾਰਨ ਹੋਇਆ? ਹੰਗਾਮਾ ਨਹੀਂ ਕੀਤਾ ਜੀ, ਇਸ ਟਾਈਮ ਸਾਰੇ ਜਿਹੜੇ ਆ ਫੈਮਿਲੀ ਮੈਂਬਰ ਜਾਂ ਨਾਲ ਆਏ ਹੁੰਦੇ ਸਾਰੇ ਇਮੋਸ਼ਨਲ ਹੋ ਜਾਂਦੇ ਆ। ਉਹਦੇ 'ਚ ਚਾਹੁੰਦੇ ਆ ਕਿ ਪੇਸ਼ੈਂਟ ਦਾ ਥੋੜ੍ਹਾ ਟ੍ਰੀਟਮੈਂਟ ਤੇਜ਼ ਕੀਤਾ ਜਾਵੇ, ਪਰ ਕਿਉਂਕਿ ਡਾਕਟਰ ਆਪਣੀ ਜਗ੍ਹਾ ਹੁੰਦੇ ਆ, ਉਹਨਾਂ ਨੇ ਜਿੰਨੇ ਚਿਰ ਸਾਰੇ ਪ੍ਰੋਪਰ ਟੈਸਟ ਨਹੀਂ ਕਰ ਲੈਣੇ ਉਹਨਾਂ ਚਿਰ ਟ੍ਰੀਟਮੈਂਟ ਨਹੀਂ ਕੀਤਾ। ਉਹ ਥੋੜ੍ਹਾ ਜਿਹਾ ਇਹੋ ਗੈਪ ਹੋਣ ਕਰਕੇ ਕਈ ਵਾਰੀ ਇੱਦਾਂ ਦੇ ਛੋਟੀ ਛੋਟੀਆਂ ਗੱਲਾਂ ਬਣਦੀਆਂ ਨੇ, ਬਾਕੀ ਜਦੋਂ ਅਸੀਂ ਆਏ ਸਾਰਿਆਂ ਨੇ ਨੋਰਮਲ ਗੱਲ ਕੀਤੀ ਹੈ, ਉਹ ਸਾਰਾ ਜਿਹੜਾ ਮਾਹੌਲ ਠੀਕ ਹੋ ਗਿਆ। ਸਰ ਬਟ ਇੱਕ ਤੁਹਾਡੇ ਸਾਹਮਣੇ ਵੀ ਦੇਖਣ ਨੂੰ ਮਿਲਿਆ ਕਿ ਪਰਿਵਾਰਕ ਮੈਂਬਰ ਹੱਥ ਜੋੜ ਕੇ ਤਰਲੇ ਕਰਦੇ ਹੋਏ ਦਿਖਾਈ ਦਿੱਤੇ ਡਾਕਟਰਾਂ ਨੂੰ ਵੀ ਟ੍ਰੀਟਮੈਂਟ ਨੂੰ ਨਾ ਰੋਕਿਆ ਜਾਵੇ, ਇਹ ਇਲਾਜ ਇੱਦਾਂ ਹੀ ਚੱਲਦਾ ਰਹਿਣ ਦਿੱਤਾ ਜਾਵੇ, ਪਰ ਉਹਦੇ ਵਿੱਚ ਇਹੋ ਜਿਹੀ ਕੀ ਗੱਲ ਆਈ ਕਿ ਪਰਿਵਾਰ ਨੂੰ ਹੱਥ ਤੱਕ ਜੋੜਨੇ ਪੈ ਗਏ? ਇਸ ਕਰਕੇ ਜੀ ਕਹਿੰਦੇ ਜਿਹੜਾ ਜਾਨ ਬਚਾਉਂਦਾ ਆ ਉਹ ਰੱਬ ਹੁੰਦਾ ਆ, ਇਸ ਕਰਕੇ ਅਸੀਂ ਸਾਰੇ ਇਹੋ ਗੱਲ ਸੋਚਦੇ ਹਾਂ ਜਦੋਂ ਕੋਈ ਸਾਡਾ ਪੇਸ਼ੈਂਟ ਆ ਜਾਂਦਾ ਤਾਂ ਅਸੀਂ ਸੋਚਦੇ ਡਾਕਟਰ ਵੀ ਰੱਬ ਆ ਬਚਾਉਂਦੇ ਆ, ਇਸ ਕਰਕੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾ ਸਕਦੀ ਹੈ, ਜੋ ਇਹਨਾਂ ਦੇ ਪਰਿਵਾਰ ਮੈਂਬਰਾਂ ਨੇ ਵੀ ਇਹੋ ਗੱਲ ਕੀਤੀ। ਵਾਰਦਾਤ ਹੋਈ ਕਿ ਕਿਹਨਾਂ ਵੱਲੋਂ ਅੰਜਾਮ ਦਿੱਤਾ ਗਿਆ, ਕੌਣ ਲੋਕ ਨੇ ਉਹ? ਇਹ ਤਾਂ ਹੁਣ ਜਿੰਨ ਚਿਰ ਉਹ ਸਾਨੂੰ ਪ੍ਰੋਪਰ ਸਟੇਟਮੈਂਟ ਨਹੀਂ ਦੇ ਦਿੰਦੇ ਜੀ ਉਹਨਾਂ ਟਾਈਮ ਨਹੀਂ ਅਸੀਂ ਇਹਨੂੰ ਓਪਨ ਕਰ ਸਕਦੇ ਗੱਲ ਨੂੰ, ਪਰ ਇਹ ਆ ਵੀ ਇਹ ਬੰਦੇ ਜਿਹੜੇ ਆ ਉਹਨਾਂ ਨੂੰ ਪਤਾ ਆ ਕਿਹੜੇ ਹੈਗੇ ਆ,
ਕਿਉਂਕਿ ਉਹ ਬੰਦਾ ਸ਼ਾਇਦ ਪਹਿਲਾਂ ਵੀ ਉਹਨਾਂ ਦੀ ਇੱਕ ਦੋ ਵਾਰੀ ਜਿਹੜਾ ਸਟੋਰ 'ਤੇ ਆਇਆ ਅਤੇ ਉਹਨਾਂ ਨੂੰ ਪੂਰਾ ਕਲੀਅਰ ਹੀ ਹੈ ਜੀ। ਅਤੇ ਅਸੀਂ ਵੈਸੇ ਆਪਣਾ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਆ, ਜਦੋਂ ਬਿਆਨ ਦੇਣਗੇ ਉਹ ਵੀ ਆਪਣਾ ਐਫ ਆਈ ਆਰ ਵੀ ਲੋਜ ਅਸੀਂ ਕਰਨ ਨੂੰ ਹੁਣੇ ਤਿਆਰ ਹਾਂ। ਅਤੇ ਜਿਹੜਾ ਇਨਵੈਸਟੀਗੇਸ਼ਨ ਉਹ ਅਸੀਂ ਹੁਣੇ ਹੀ ਸ਼ੁਰੂ ਕਰਤੀ ਆ, ਅਸੀਂ ਹੁਣ ਮੌਕੇ 'ਤੇ ਵੀ ਚੱਲੇ ਹਾਂ, ਉੱਥੇ ਵੀ ਅਸੀਂ ਸਾਰਾ ਸਿਸਟਮ। ਰੰਜਿਸ਼ ਨਹੀਂ ਲੱਗ ਰਿਹਾ ਜੀ, ਕੋਈ ਲੁੱਟਖੋ ਦੀ ਨੀਅਤ ਨਾ ਹੋਇਆ ਹੁੰਦਾ? ਅਜੇ ਕੁਛ ਨਹੀਂ ਕਿਹਾ ਜਾ ਸਕਦਾ ਜੀ ਇਸ ਗੱਲ 'ਤੇ, ਕਿਉਂਕਿ ਜਿੰਨਾ ਚਿਰ ਸਾਨੂੰ ਸਟੇਟਮੈਂਟ ਨਹੀਂ ਦਿੰਦੇ ਵੀ ਉਹ ਕਿਸ ਕਰਕੇ ਆਏ। ਕਨਵਰਸੇਸ਼ਨ ਜਿਹੜੀ ਆ ਲੜਾਈ ਦੇ ਦੌਰਾਨ ਉਹਨਾਂ ਨਾਲ ਹੀ ਹੋਈ ਆ, ਉਹਨਾਂ ਨੂੰ ਪਤਾ, ਇੱਕ ਉਹਨਾਂ ਦੇ ਸਾਹਮਣੇ ਇੱਕ ਢਾਬੇ ਵਾਲਾ ਸੀ, ਸਿਰਫ ਉਹਨੂੰ ਥੋੜ੍ਹਾ ਜਿਹਾ ਇਹ ਗੱਲ ਪਤਾ ਲੱਗਾ ਵੀ ਵਾਕਿਆ ਹੀ ਗੋਲੀ ਚੱਲੀ ਆ। ਅਤੇ ਉਸ ਗੱਲ ਤੋਂ ਅਸੀਂ ਵੀ ਬਿਲਕੁਲ ਕਲੀਅਰ ਸੀ ਵੀ ਗੋਲੀ ਚੱਲੀ। ਹੁਣ ਮੈਂ ਉੱਥੋਂ ਦੀ ਮੋਤਬਰ ਲੈ ਕੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਉਹਨਾਂ ਨਾਲ ਚੱਲਿਆ ਮੌਕੇ 'ਤੇ, ਫਿਰ ਮੌਕੇ ਤੋਂ ਵੀ ਸਾਨੂੰ ਕਾਫੀ ਗੱਲਾਂ ਦਾ ਪਤਾ ਲੱਗ ਜਾਏਗਾ ਕਿ ਪੇਸ਼ੈਂਟ ਹੈ। ਕਿੰਨੀ ਕੁ ਗੋਲੀਆਂ ਉਹਨਾਂ ਦੇ ਕਿੰਨੇ ਵੱਜੀਆਂ? ਇੱਕ ਹੀ ਗੋਲੀ ਚੱਲੀ ਹੈ ਜੀ, ਉਹ ਇੱਕੋ ਹੀ ਚੱਲੀ। ਆਸ ਤੇ ਕੀਤੀ ਜਾ ਰਹੀ ਹੈ, ਕੋਈ ਡਾਕਟਰ ਵੀ ਜਿਹੜੇ ਉਹਨਾਂ ਨੇ ਸਕੈਨ ਕੀਤਾ ਵਾ, ਇਹ ਗੱਲ ਕਲੀਅਰ ਕਰ ਰਹੇ ਨੇ ਕਿ ਗੋਲੀ ਅੰਦਰ ਫੇਫੜੇ ਦੇ ਅੰਦਰ ਕਿੱਦਾਂ ਚੱਲ ਗਈ ਸੱਜੇ ਪਾਸੇ, ਕਿਉਂਕਿ ਸੱਜੇ ਪਾਸੇ ਜਾਣ ਕਰਕੇ ਅਸੀਂ ਉਹ ਡਾਕਟਰ ਇਹ ਗੱਲ ਦਾ ਵਿਸ਼ਵਾਸ ਜਵਾ ਰਹੇ ਕਿ ਇਹ ਬੰਦਾ ਖਤਰੇ ਤੋਂ ਬਾਹਰ ਹੈ। ਸਰ, ਮੌਕੇ 'ਤੇ ਕੋਈ ਇਹਨਾਂ ਦਾ ਇੰਪਲਾਈ ਸੀਗਾ ਨਾਲ ਇਹਨਾਂ ਦੇ? ਅਜੇ ਇਹ ਗੱਲ ਨਹੀਂ ਕਲੀਅਰ ਹੋ ਸਕੀ, ਪਰ ਜਿੰਨੀ ਕੁ ਸਾਨੂੰ ਇਨਫੋਰਮੇਸ਼ਨ ਦੇ ਮੁਤਾਬਕ ਜਿਹੜੇ ਹੈਗੇ ਨੇ ਤਜਿੰਦਰਪਾਲ ਸਿੰਘ ਬਾਜਵਾ ਇਕੱਲੇ ਸੀ ਉਸ ਟਾਈਮ। ਬਿਊਰੋ ਰਿਪੋਰਟ, ਅੱਜ ਸ਼ਾਮ ਪਲੱਸ।